ਜੀ ਦੋਸਤੋ, ਜੋਗੀ ਨੂੰ ਮੈਂ ਲੈ ਕੇ ਆ ਗਿਆ ਜੇ ਬਾਹਰ ਇੱਥੇ ਘੁੰਮਾਣ ਫਿਰਾਣ, ਚੈੱਕ ਕਰੋ ਉਹ ਦਿਲ ਵੇਖ ਕੇ ਕਹਿੰਜ ਗੁੱਸਾ ਕਰਦਾ ਜੇ ਪਿਆ। ਦੇਖੋ ਦੇਖੋ ਚੈੱਕ ਕਰੋ ਦੋਸਤੋ, ਘੋੜੀ ਦਾ ਸ਼ੌਕ ਕਰੋ, ਚੈੱਕ ਕਰੋ ਘੋੜੀ ਇੱਥੇ ਵੱਜੀ, ਹਜੇ ਕੋਈ ਬੰਨ ਕੇ ਗਿਆ ਅਜੇ, ਐ ਚੈੱਕ ਕਰੋ ਘੋੜੀ ਨੂੰ ਨਾ ਪਾਈ ਆਈ, ਐ ਘੋੜੀ ਚੈੱਕ ਕਰੋ ਦੋਸਤੋ। ਦੇਖੋ ਇੱਥੇ ਘਾਹ ਵਾਲੀ ਜਗ੍ਹਾ 'ਤੇ ਨਾ ਕੋਈ ਬਣ ਗਿਆ ਘੋੜੀ, ਐਂ ਦੇਖੋ ਜੋਗੀ ਨੇ ਲਾ ਲਿਆ ਜੇ ਸਟੈਂਡ, ਅਤੇ ਇੱਥੇ ਤਾਂ ਚੰਗੇ ਕੁੱਤੇ ਫਿਰਦੇ ਨੇ ਪਏ, ਉਹ ਤੁਹਾਡੀ ਖੈਰ ਹੋ ਜੇ, ਉਹ ਵੀ ਫਿਰਦਾ ਪਿਆ, ਉਹ ਉੱਧਰ ਵੀ ਫਿਰਦੇ ਨੇ ਪਏ, ਕਿੱਥੇ ਕਿੱਥੇ ਫਿਰਦੇ ਨੇ ਪਏ। ਤਾਂ ਜੋਗੀ ਨੇ ਸਟੈਂਡ ਲਾਇਆ, ਹੁਣ ਸਟੈਂਡ ਲਾ ਕੇ ਵੇਖਿਆ, ਓਏ ਉਹ ਗਿਆ, ਉਹ ਗਿਆ, ਓਏ ਓਏ ਇੱਧਰ ਹੋ ਗਿਆ, ਘੋੜੀ ਮਾਰੇ ਗਿਆ, ਹੋਰ ਆਰਾਮ ਨਾਲ ਜੋਗੀ, ਹੋ ਵੇਖੋ ਜੁੰਡ ਪੂੜਾ ਹੋਇਆ, ਚੈੱਕ ਕਰੋ ਹੋ ਜਾਂਦਾ ਜੇ ਪਿਆ, ਦੋ ਤਰੇ ਉਹ ਜੇ ਚਾਰ ਉਹ ਜੇ, ਇਹ ਤਾਂ ਤੁਹਾਡਾ ਜੋਗੀ ਕਿੰਝ ਲੱਗਾ ਜੇ, ਜੋਗੀ ਨੂੰ ਚੜ੍ਹਦਾ ਪਿਆ ਵੱਟ ਪੂੜੇ ਪਹਾੜਾਂ ਨਾ। ਦੋਸਤੋ ਘੋੜੀ ਨੇ ਜੇ ਡਰੀ ਹੋ, ਜੋਗੀ ਉੱਡ ਕੇ ਪਿਆ, ਘੋੜੀ ਕਈ ਡਰ ਜਾਂਦੀ ਆ, ਉਹ ਨਹੀਂ ਡਰੀ ਹੈ। ਇਹਨਾਂ ਨੇ ਇੱਥੇ ਖਿੱਚਾ ਮਾਰਨੀ ਆ, ਚਲੋ ਜੀ ਲੈ ਚਲੀਏ। ਚੈੱਕ ਕਰੋ ਲਾਇਆ ਫੇਸ ਟੈਮ ਸੁੱਕੜਨ ਲੱਗ ਪਿਆ ਜੀ, ਖਿੱਚਣ ਲਗਾ ਜੀ। ਦੇਖੋ ਮੈਂ ਜਿਹੜਾ ਨਾ ਬੜੀਕ ਪੱਟਾ ਉਹ ਲਾ ਕੇ ਨਾ ਮੋਟੇ ਪੱਟੇ ਦਾ ਸੰਗਲ ਪਾਇਆ, ਮੈਂ ਬੜੀਕ ਟੁੱਟ ਜੇ ਨਾ ਚਮੜੇ ਦਾ ਤਾਂ ਮੋਟਾ ਨਹੀਂ ਟੁੱਟਣ ਲੱਗਾ। ਇਹਨੂੰ ਮੈਂ ਥੋੜ੍ਹਾ ਜਿਹਾ ਘੁਮਾ ਫੜਾ ਲਿਆ ਤਾਂ ਫਿਰ ਇਹਨੂੰ ਮੈਂ ਡੇਰੇ ਖੜਾ, ਨਹੀਂ ਤਾਂ ਇਹਨੇ ਤਾਂ ਅੱਜ ਖਿੱਚਿਆ ਮਾਰ ਮਾਰ ਕੇ ਉਹਨਾਂ ਲਈ ਜਾਣਾ ਉੱਡ ਉੱਡ, ਸਾਹ ਵੀ ਕਿੰਝ ਚੜਾ ਲਿਆ ਮੈਂ ਇਸ ਵਜ੍ਹਾ ਤੋਂ ਨਾ ਨਵਾ ਕੇ ਲਿਆ, ਅੱਜ ਨਵਾ ਕੇ ਨਹੀਂ ਲਿਆਂਦਾ, ਵੇਖੋ ਕਿੰਝ ਸਾਹ ਚੜ ਗਿਆ। ਇਹ ਚੈੱਕ ਕਰੋ ਓਏ ਜੋਗੇ, ਜੋਗੇ ਸਾਹ ਕਿੰਝ ਚੜ ਗਿਆ, ਤਾਂ ਸੂਰਜ ਵੀ ਨਿਕਲਿਆ ਜੇ, ਚੰਗੀ ਧੁੱਪ ਲੱਗੀ ਜੇ, ਮਾਸ਼ਾਅੱਲਾ ਚੈੱਕ ਕਰੋ। ਜੋਗੀ ਉਹਨਾਂ ਨੂੰ ਵੇਖੀ ਜਾਂਦਾ ਜੀ, ਉਹ ਦੌੜ ਗਏ ਨੇ। ਮੈਂ ਇਹਨਾਂ ਨੂੰ ਲੈ ਕੇ ਆਇਆ ਹਜੇ ਇੱਥੇ ਘੁੰਮਾਉਣ ਫਿਰਾਉਣ ਵਾਸਤੇ, ਠੀਕ ਹੈ ਹੁਣ ਕਿੱਦਾਂ ਚੱਲਾਂ ਜੋਗੇ, ਇਹਨੂੰ ਮੈਂ ਇੱਧਰੋਂ ਦੀ ਬਾਹਰੋਂ ਬਾਹਰ ਹੀ ਬਾਹਰ ਲਈ ਆ, ਹੁਣ ਡੇਰੇ ਤੇ ਲੈ ਕੇ ਚੱਲਦੇ ਹਾਂ, ਠੀਕ ਹੈ ਬਾਕੀ ਦਾ ਲੋਕ ਡੇਰੇ ਚੱਕ ਮੰਨੇ। ਅਸਲਾਮ ਵਾਲੇਕਮ, ਕੀ ਹਾਲ ਹੈ, ਠੀਕ ਹੋ, ਉਮੀਦ ਕਰਦਾ ਸਾਰੇ ਦੋਸਤ ਭਰਾ ਠੀਕ ਠਾਕ ਹੋ। ਦੋਸਤੋ ਅੱਜ ਦੇ ਵਲੋਗ ਦਾ ਅਰਦਾਸ ਕਰਨੇ ਆ, ਸੁਬਾਹ ਸੁਬਾਹ ਦਾ ਟਾਈਮ ਸੀ ਤਾਂ ਮੈਂ ਜੋਗੀ ਲੈ ਕੇ ਗਿਆ ਜੇ ਬਾਹਰ ਘੁੰਮਾਉਣ ਫਿਰਾਉਣ, ਮੈਂ ਲਿਆ ਕੇ ਇੱਥੇ ਬੰਨ ਛੜਿਆ ਜਿਹਾ, ਚੈੱਕ ਕਰੋ ਅੰਦਰ ਬੈਠਾ ਜਿਹਾ, ਚੈੱਕ ਕਰੋ ਅਤੇ ਬਹੁਤ ਚੰਗਾ ਹੈ, ਗਰਮ ਹੋ ਗਿਆ ਸੀ, ਚੰਗੀ ਫਾਈਟ ਕਰਨ ਲੱਗ ਪਿਆ ਜੀ, ਹੁਣ ਸਟਰੀਟ ਡੋਗ ਨਾਲ ਸਹੀ ਲੜਨ ਲੱਗ ਪਿਆ ਹਜੇ, ਠੀਕ ਹੈ ਬਾਕੀ ਮੈਂ ਕੰਮ ਸ਼ੰਮ ਖਤਮ ਕਰਕੇ ਹੱਥ ਮੂੰਹ ਧੋ ਕੇ, ਹੱਥ ਮੂੰਹ ਪੈਰ ਧੋ ਕੇ ਨਾ ਉਹਨਾਂ ਨੂੰ ਵਿਹਲਾ ਹੋਇਆ ਜੀ, ਬਾਕੀ ਆ ਸਾਡੇ ਜਿਹੜੇ ਵੱਢ ਕੇ ਲਿਆਉਂਦੇ ਜੇ, ਠੀਕ ਹੈ ਬਾਕੀ ਸਾਡੇ ਜਾਨਵਰ ਸਾਰੇ ਮਾਸ਼ਾਅੱਲਾ ਖਾਂਦੇ ਹਨ, ਠੀਕ ਹੈ
ਪਾਣੀ ਛਾਣੀ ਇਹਨਾਂ ਨੂੰ ਪਿਆ ਹੜਿਆ, ਸਾਡਾ ਬੱਕਰਾ ਖਾ ਪੀ ਕੇ ਵਿਹਲਾ ਹੋ ਗਿਆ ਹੁਣ। ਇਹਦਾ ਮੈਂ ਖੁੱਲੀ ਚੁੱਕ ਕੇ ਸਾਈਡ ਦੇ ਘਰ ਸੀ, ਮੈਂ ਫਿਰ ਤੋੜੇਗਾ ਅਤੇ ਹੁਣ ਵੇਖੋ ਬਹਿ ਗਿਆ ਜੇ ਮਾਸ਼ਾਅੱਲਾ ਠੀਕ ਹੈ। ਅਤੇ ਕਾਲੂ ਨੂੰ ਅਸਾਂ ਅੱਜ ਇੱਥੇ ਬੰਨਿਆ, ਜੇ ਕਾਲੂ ਨੂੰ ਅੱਜ ਅਸੀਂ ਬਾਹਰ ਹੀ ਨਹੀਂ ਲੈ ਗਏ ਕਿਉਂਕਿ ਕਾਲੇ ਨੂੰ ਦੰਦ ਲੱਗ ਗਏ ਹਨ ਵੱਡੇ ਕੋਲ, ਵੱਡਾ ਹੁਣ ਫਾਰਮ 'ਚ ਹੋਈ ਜਾਂਦਾ ਹੌਲੀ ਹੌਲੀ ਵੱਡਾ, ਬਾਹਰ ਵੀ ਲੜਦਾ ਹੈ ਕਾਲੇ ਨਾਲ ਵੀ ਲੜੀ ਜਾਂਦਾ, ਕਾਲਾ ਕਿਉਂਕਿ ਅਸਲ 'ਚ ਵੱਡਾ ਹੋ ਗਿਆ ਨਾ, ਇਸ ਵਜ੍ਹਾ ਤੋਂ ਨਾ ਜਾਂ ਕਾਲਾ ਵੀ ਅੱਗੂ ਘੂਟਦਾ ਉਹਨੂੰ ਤਾਂ ਫਿਰ ਉਹ ਤਾਂ ਪੈਂਦਾ ਵੱਡਾ, ਨਹੀਂ ਤਾਂ ਉਂਝ ਵੱਡਾ ਨਾ ਪਵੇ ਆ। ਅਤੇ ਬਾਕੀ ਦੋਸਤੋ ਹੁਣ ਮੈਂ ਕੱਪੜੇ ਛੱਪੜੇ ਚੇਂਜ ਕਰਾਂ, ਕੱਪੜੇ ਛੱਪੜੇ ਚੇਂਜ ਕਰਕੇ ਫਿਰ ਮੈਂ ਘਰ ਟੁਰ ਚਲਾ, ਫਿਰ ਮੈਂ ਘਰੋਂ ਆਵਾਂਗਾ ਫਿਰ ਇਹਨਾਂ ਵਾਸਤੇ ਰੋਟੀ ਛੋਟੀ ਬੰਦੋਬਸਤ ਕਰੀਏ, ਚੱਲ ਕੇ ਇਹਨਾਂ ਨੂੰ ਲਿਆ ਕੇ ਰਾਸ਼ਨ ਪਾਈਏ ਠੀਕ ਹੈ। ਦੇਖੋ ਕਹਿੰਜ ਬਹਿ ਰਿਹਾ ਅੱਜ, ਓਏ ਉੱਡ ਜਾ ਬਹਿ ਜਾ ਬਹਿ ਜਾ ਬਹਿ ਜਾ, ਚੈੱਕ ਕਰੋ ਉਹ ਜੱਗੇ। ਬਾਕੀ ਦੋਸਤੋ ਮੈਂ ਕੱਪੜੇ ਛੱਪੜੇ ਚੇਂਜ ਕਰ ਲਈਏ, ਫਿਰ ਬਾਕੀ ਦਾ ਵਲੋਗ ਆ ਕੇ ਦਿਖਾਵਾਂਗੇ ਜੀ। ਦੋਸਤੋ ਮੈਂ ਪਾਣੀ ਛਾਣੀ ਭਰਨ ਗਿਆ ਜੀ, ਚੈੱਕ ਕਰੋ ਪਾਣੀ ਭਰ ਕੇ ਜਾਨਵਰਾਂ ਨੂੰ ਪਿਆ ਰਿਹਾ, ਬਸ ਗਾਂ ਸਾਡੀ ਰਹਿ ਗਈ ਅਤੇ ਬਾਕੀ ਜੋਗੀ ਸਾਡਾ ਵੇਖੋ ਕਿੰਜ ਬੈਠਾ ਜੀ ਇੱਥੇ, ਇਹ ਚੈੱਕ ਕਰੋ ਜੋਗੇ ਮੈਂ ਪਾਣੀ ਭਰ ਕੇ ਪਿਆ, ਇੰਨੇ ਅੱਗੇ ਪੀਤਾ ਠੀਕ ਹੈ। ਹੁਣ ਇਹ ਵੀ ਇੱਥੇ ਬਹਿ ਗਿਆ ਜੀ ਠੀਕ ਹੈ। ਬਾਕੀ ਕਾਲਾ ਸਾਡਾ ਉਹ ਤਾਂ ਬੱਜਿਆ ਅਤੇ ਸਾਡਾ ਬੱਕੜਾ ਹੈ, ਇੱਥੇ ਮੈਂ ਲਿਆ ਕੇ ਬੰਨਿਆ ਛਾਵੇ, ਇੱਥੇ ਛਾਵੇ ਅਤੇ ਇੱਥੇ ਬੰਨ ਛੜਿਆ ਠੀਕ ਹੈ। ਉੱਥੇ ਧੁੱਪ ਗਰਮੀ ਬਹੁਤ ਜ਼ਿਆਦਾ ਹੋ ਗਈ, ਧੁੱਪ ਭੀੜ ਗਰਮੀ ਹੋ ਗਈ, ਗਰਮੀ ਐਂਡ ਹੋ ਗਈ ਹੈ ਭਾਅ ਜੀ, ਬੜੀ ਚੰਗੀ ਜਾਨਵਰਾਂ ਨੂੰ ਗਰਮੀ ਲੱਗਦੀ ਹੈ ਮਾਸ਼ਾਅੱਲਾ। ਜਿੱਥੇ ਇੱਕ ਘੁੱਟ ਲਾਉਣ ਵਾਲੇ ਜਾਨਵਰ ਹਨ, ਜਿੱਥੇ ਇੱਕ ਅੱਧੀ ਬਾਲਟੀ ਪੀਂਦੇ ਹਨ, ਉੱਥੋਂ ਦੇ ਹੁਣ ਉਹ ਪੂਰੀ ਪੂਰੀ ਬਾਲਟੀ ਪੀਂਦੇ ਜੇ ਠੀਕ ਹੈ। ਇਹ ਚੈੱਕ ਕਰੋ ਜੀ ਗਾਂ ਸਾ ਇੱਥੇ ਬੰਨੀ ਜੇ ਠੀਕ ਹੈ, ਬਾਕੀ ਸਾਡੇ ਜਾਨਵਰ ਸਾਰੇ ਮਾਸ਼ਾਅੱਲਾ ਉੱਧਰ ਬੱਜੇ ਹੋਏ ਜੇ। ਇਹ ਦੇਖ ਲੈ ਵੀ ਮਾਸ਼ਾਅੱਲਾ ਚੈੱਕ ਕਰੋ, ਪਹਿਲੇ ਗਾਂ ਹੀ ਜੀਬਾਂ ਮਾਰਦੀ ਸਿੱਧਾ ਆ ਗਏ, ਮਾਸ਼ਾਅੱਲਾ ਚੈੱਕ ਕਰੋ ਸਿੱਧਾ ਆ ਕੇ ਮੂੰਹ ਵਿੱਚ ਵਾਲ ਕੇ ਪਾਣੀ ਪੀਣ ਲੱਗ ਪੈਂਦੀ। ਗਰਮੀ ਬੜੀ ਹੋ ਗਈ ਅਤੇ ਮੈਂ ਸੁਬਹਾ ਇੱਕ ਰੋਟੀ ਪਾ ਗਿਆ ਹਾਂ ਜਾਨਵਰਾਂ ਨੂੰ, ਹੁਣ ਤਕਰੀਬਨ ਹੋ ਗਏ ਨੇ 3 ਵਜੰਦੇ ਨੇ ਠੀਕ ਹੈ, 3 ਵੱਜ ਗਏ ਨੇ ਅਤੇ ਮੈਂ ਆਇਆ ਵਾਂ ਡੇਰੇ 'ਤੇ ਆ ਕੇ, ਹੁਣ ਇਹ ਦੁਆਣੇ ਛੁਆਣੇ ਅਤੇ ਕੱਚੇ ਦੁਆਣੇ ਜਿਹੜੇ ਨੇ ਉਹ ਲਿਆਉਂਦੇ ਹਜੇ। ਇਹ ਚੈੱਕ ਕਰੋ ਉਹਨਾਂ ਜਾਨਵਰਾਂ ਨੂੰ ਸਾਰਿਆਂ ਨੂੰ ਪਾਵਾਂਗੇ, ਅੰਮ੍ਰਿਤਸਰ ਟੁਕੜੇ ਕਰਨ ਦੇ ਜੇ ਨਿੱਕੇ ਨਿੱਕੇ। ਬਾਕੀ ਕਾਲਾ ਸਾਡਾ ਆ ਜੇ ਇੱਥੇ ਬੈਠਾ ਜੇ, ਕਾਲੇ ਦੇ ਅੱਗੇ ਵੀ ਪਾਣੀ ਰੱਖਿਆ, ਇਹ ਕਾਲਾ ਬੈਠਾ ਜੇ ਕਾਲੇ। ਅਤੇ ਬਾਕੀ ਸਾਡੇ ਜਾਨਵਰ ਮਾਸ਼ਾਅੱਲਾ ਚੈੱਕ ਕਰੋ, ਉਹ ਵੇਖੋ ਬੱਛਾ ਫਾ ਲੈਂਦਾ ਜੀ, ਇਹਨਾਂ ਨੂੰ ਛਾਂ ਹੈ। ਇੱਕ ਚੱਕਰ ਮੈਂ ਘਰ ਫਿਰ ਜਾਣਾ, ਫਿਰ ਮੈਂ ਆਵਾਂਗਾ ਫਿਰ ਜਿਹੜਾ ਨਾ ਆ ਕੇ ਨਾ ਫਿਰ ਵੇਖਾਂਗੇ ਛਾਂ ਕਿੱਥੇ। ਇਹ ਬਾਕੀ ਰੋਟੀਆਂ ਇੱਕ ਵਾਰੀ ਮੈਂ ਸੁਬਹ ਪਾ ਗਿਆ ਹਾਂ, ਇੱਕ ਵਾਰੀ ਹੁਣ ਨਾਲ ਲੈ ਆਉਂਦੀਆਂ ਨੇ ਕੋਈ 4-5 ਕੁ ਰੋਟੀਆਂ ਹੋਰ ਨਾਲ, ਅਤੇ ਹੁਣ ਇਹਨਾਂ ਨੂੰ ਐਸ ਸੁੱਟੀ ਠੀਕ ਹੈ। ਲਓ ਜੀ ਦੋਸਤੋ ਲਓ ਜੀ ਵੇ ਇਹ ਕਾਲਾ ਖਲੋ ਗਿਆ, ਕਾਲੇ ਨੂੰ ਤਾਂ ਸੁੱਟੀ ਇਹਦਾ ਕਾਲਿਆ ਲੱਲੀ ਬੜੀ। ਬਾਕੀ ਉਮਰ ਟੁਕੜੇ ਘੜਨ ਦੇ ਆ ਜਾਈਏ ਠੀਕ ਹੈ। ਬੱਕਰਾ ਸਾਡਾ ਇੱਥੇ ਮਾਸ਼ਾਅੱਲਾ ਬੈਠਾ ਅੱਜ ਠੀਕ ਹੈ, ਪੱਠੇ ਅੱਡਿਆ ਜੇ ਤਾਂ ਜਿਹੜੇ ਵੱਢੇ ਹਨ ਸੁਬਹ। ਇਹ ਕਾਲਾ ਜੋਗੀ, ਹੁਣ ਜੋਗੀ ਨੂੰ ਸੁੱਟੀਏ ਜੋਗੇ, ਉੱਠ ਮਿੰਟ ਬੱਚਾ ਨਵਾਜਿਆ ਭਲਾ ਹੱਥ 'ਚ ਪਾ ਖਾਣਾ ਭਲਾ ਖਾਂਦਾ ਆਰਾਮ ਨਾਲ ਫੜਦਾ ਜੀ, ਜਿਹੜਾ ਨਾ ਕਾਲਾ ਵਹਿਸ਼ੀਆਂ ਨੂੰ ਉੱਡ ਕੇ ਹੱਥ 'ਚ ਫੜਨ ਨਹੀਂ ਕਰਦਾ। ਹੁਣ ਜਦੋਂ ਕਾਲੇ ਨੂੰ ਫੜਾਵਾਂ ਉਦੋਂ ਫੜਦਾ, ਹੁਣ ਜਿਹੜੀ ਆ ਕੇ ਹੱਥੀ ਪੈਂਦਾ ਇਹ ਜਿਹੜਾ ਹੱਥੀ ਪੈ ਜਾਂਦਾ ਹੁਣ ਜੀ। ਹੈਲੋ ਜੀ ਅੱਗੇ ਦੇਖੋ ਖਾਂਦਾ ਜਿਹੜਾ ਜੋਗੇ ਦੇਖੋ ਚੈੱਕ ਕਰੋ ਦੋਸਤੋ ਖਾਂਦਾ ਜਿਹਾ ਜੋਗੀ
ਬਾਕੀ ਅਸੀਂ ਇਹਦੇ ਬਰਤਨ ਪਾਣੀ ਵਾਲੇ 'ਚ ਰੱਖ ਦਾਂਗੇ ਕਿਉਂਕਿ ਥੋੜ੍ਹਾ ਜਿਹਾ ਪਾਣੀ ਵੀ ਪੀਵੇ, ਗਰਮੀ ਬੜੀ ਹੈ, ਨਾਲ ਰੋਟੀ ਦੇ ਨਾਲ ਥੋੜ੍ਹਾ ਪਾਣੀ ਪੀਆ ਕਰੇਗਾ ਫਿਰ ਸਹੀ ਰਹੇਗਾ। ਠੀਕ ਹੈ, ਬਾਕੀ ਹੋ ਗਏ ਟੁਕੜੇ, ਬਾਕੀ 200 ਟੁਕੜੇ ਹੋ ਗਏ ਜੀ। ਹੁਣ ਅਸੀਂ ਜਾਨਵਰਾਂ ਨੂੰ ਦਵਾਣੇ ਦੇ ਟੁਕੜੇ ਜਿਹੜੇ ਨਾ ਸਾੜੇ ਦਵਾਣਾ ਜਿਹੜਾ ਜਾਨਵਰਾਂ ਦੇ ਵਿੱਚ ਤਕਸੀਮ ਕਰ ਦਈਏ। ਠੀਕ ਹੈ, ਬਾਕੀ ਮੈਂ ਹੁਣ ਫਿਰ ਇਹ ਪਾ ਕੇ ਫਿਰ ਮੈਂ ਘਰ ਚਲਾ ਗੱਲਾਂ, ਫਿਰ ਮੈਂ ਆਵਾਂਗਾ, ਫਿਰ ਬਾਕੀ ਦਾ ਬਲੋਗ ਤੁਹਾਨੂੰ ਬਾਅਦ 'ਚ ਦਿਖਾਵਾਂਗੇ। ਮਾਸ਼ਾਅੱਲਾ ਚੈੱਕ ਕਰੋ ਦੋਸਤੋ, ਗਾਂ ਨੂੰ ਵੀ ਪਾਹੜੇ 'ਚ, ਬਾਕੀ ਵੱਛੀ ਨੂੰ ਵੀ, ਉਹ ਵੱਛੇ ਨੂੰ ਵੀ ਪਾਹੜੇ, ਬਾਕੀ ਵੱਛੀ ਨੂੰ ਵੀ ਖੁਆੜੇ, ਵੱਛੇ ਨੂੰ ਵੀ ਪਾਹੜੇ 'ਚ, ਲੇਲਾ ਵੀ ਸਾਡਾ ਖਾਂਦਾ ਪਿਆ। ਚੈੱਕ ਕਰੋ ਮਾਸ਼ਾਅੱਲਾ ਨੂੰ ਬਾਲਟੀ 'ਚ ਪਾਏ ਨੇ, ਹੋਰ ਬਰਤਨ ਸਾਡੇ ਕੋਲ ਕੋਈ ਨਹੀਂ ਸੀ, ਬਾਕੀ ਸਾਡਾ ਸੁਲਤਾਨ ਰਹਿ ਗਿਆ, ਉਹ ਹੀ ਹੈ ਸਾਡਾ, ਇੱਡੇ ਜੋਗਾ ਹੋਇਆ ਹੀ ਨਹੀਂ, ਅਜੇ ਮਸਾਂ ਮਸਾਂ ਥੋੜ੍ਹਾ ਥੋੜ੍ਹੇ ਪੱਠਿਆਂ ਨੂੰ ਮੂੰਹ ਮਾਰਦਾ ਜੇ, ਅਤੇ ਅੱਲਾ ਹੈਡ ਕਰੇ ਇੰਨੇ ਜੋਗਾਈਏ ਖਾ ਲਏ, ਫਿਰ ਅਸੀਂ ਇਹਨੂੰ ਵੀ ਪਾਵਾਂ ਕਰਾਂਗੇ ਖਾਣ ਜੋਗਾਈਏ। ਬਾਕੀ ਦੋਸਤੋ ਅਸੀਂ ਟੁੱਟ ਚੱਲੇ ਹਾਂ ਘਰ,